ਕਹਾਣੀ ਇੱਕ ਨੋਵਲ ਦੀ ਨੋਵਲ ਹੈ ਪਹਿਲਾ ਪਿਆਰ ਪੰਜਵਾਂਗ ਪ੍ਰਿੰਸੈਸ ਆਪਣੇ ਵਾਅਦੇ ਮੁਤਾਬਕ ਮੇਰੀ ਮਾਂ ਨੂੰ ਮਿਲਣ ਆਈ ਤੇ ਉਸ ਉੱਤੇ ਆਪਣਾ ਪ੍ਰਭਾਵ ਨਾ ਪਾ ਸਕੀ ਇਸ ਮੁਲਾਕਾਤ ਸਮੇਂ ਮੈਂ ਮੌਜੂਦ ਨਹੀਂ ਸੀ ਪਰ ਮੈਂ ਆਪਣੀ ਮਾਂ ਨੂੰ ਖਾਣੇ ਸਮੇਂ ਮੇਰੇ ਪਿਓ ਨੂੰ ਇਹ ਦੱਸਦਿਆਂ ਸੁਣਿਆ ਸੀ ਕਿ ਪ੍ਰਿੰਸੈਸ ਜ਼ਾਸੇਕੀਨਾ ਉਹਨੇ ਫੇਮੇ ਟ੍ਰੇਲਸ ਵਲਗੇਰ ਜਾਪਦੀ ਹੈ ਮਤਲਬ ਅਤ ਦਰਜੇ ਦੀ ਗਵਾਰ ਔਰਤ ਕਿਉਂ ਨਹੀਂ ਉਹਨੂੰ ਬਾਰ-ਬਾਰ ਆ ਕੇ ਕਾਮ ਮਾਰਿਆ ਕਿ ਉਹਦੇ ਬਾਰੇ ਪ੍ਰਿੰਸਸ ਗਈ ਨਾਲ ਫਸੀ ਹੋਈ ਹੈ ਦੇਸ ਵਿਲਨਸ ਫੇਅਰਜ਼ ਡਰਜੈਂਟ ਮਤਲਬ ਗੰਦੇ ਮਾਲੀ ਮੁਕਦਮੇ ਵਿੱਚ ਤੇ ਕਿ ਉਹ ਜ਼ਰੂਰ ਪਰਲੇ ਦਰਜੇ ਦੀ ਚੁਗਲਖੋਰ ਹੋਏਗੀ ਪਰ ਮੇਰੀ ਮਾਂ ਦੇ ਮਾਂ ਨੇ ਨਾਲ ਇਹ ਵੀ ਆਖਿਆ ਕਿ ਉਹਨੇ ਪ੍ਰਿੰਸਸ ਤੇ ਉਹਦੀ ਧੀ ਨੂੰ ਅਗਲੇ ਦਿਨ ਖਾਣੇ ਵਾਸਤੇ ਬੁਲਾਇਆ ਜਦੋਂ ਮੈਂ ਉਹਦੀ ਧੀ ਲਫ਼ ਸੁਣੇ ਤਾਂ ਮੈਂ ਆਪਣੀ ਪਲੇਟ ਉੱਤੇ ਚੁਪਕ ਗਿਆ ਕਿਉਂਕਿ ਆਖਰ ਉਹ ਗਵੰਡੀ ਹੰਤੇ ਨਾਮ ਵਾਲੇ ਹਨ ਇਹਦੇ ਜਵਾਬ 'ਚ ਮੇਰੇ ਪਿਓ ਨੇ ਮਾਂ ਨੂੰ ਦੱਸਿਆ ਕਿ ਹੁਣ ਉਹਨੂੰ ਯਾਦ ਆ ਗਿਆ ਹੈ ਕਿ ਉਹ ਸ਼੍ਰੀਮਤੀ ਕੌਣ ਹੈ ਉਹ ਆਪਣੀ ਜਵਾਨੀ ਦੇ ਦਿਨੀ ਮਰਹੂਮ ਪ੍ਰਿੰਸ ਜ਼ਾਸੇਕੀਨ ਨੂੰ ਜਾਣਦਾ ਸੀ ਜਿਹਦਾ ਪਾਲਣ ਪੋਸਨ ਤਾਂ ਚੰਗਾ ਹੋਇਆ ਸੀ ਪਰ ਜਿਹੜਾ ਸੀ ਖੋਖਲਾ ਤੇ ਬੁੱਧੂ ਤੇ ਉਹ ਪੈਰਿਸ ਵਿੱਚ ਲੰਮਾ ਚਿਰ ਰਹਿਣ ਕਰਕੇ ਸਮਾਜ ਦੇ ਉਤਲੇ ਤਬਕੇ ਵਿੱਚ ਲੀ ਪੇਰਸ਼ੀਅਨ ਦੇ ਤੌਰ ਤੇ ਜਾਣਿਆ ਜਾਂਦਾ ਸੀ ਇੱਕ ਸਮੇਂ ਉਹਦੇ ਕੋਲ ਬਹੁਤ ਸਾਰੀ ਦੌਲਤ ਸੀ ਪਰ ਉਹਨੇ ਸਾਰੀ ਜਾਇਦਾਦ ਜੂਏ ਛਾਰ ਲਈ ਤੇ ਇਸ ਤੋਂ ਬਾਅਦ ਪਤਾ ਨਹੀਂ ਕਿਉਂ ਸ਼ਾਇਦ ਪੈਸੇ ਦੀ ਖਾਤਰ ਭਾਵੇਂ ਉਹ ਚੰਗੇਰੀ ਚਾਉਣ ਵੀ ਕਰ ਸਕਦਾ ਸੀ ਤੇ ਮੇਰਾ ਪਿਓ ਇੱਕ ਰੁੱਖੀ ਮੁਸਕਾਨ ਮੁਸਕਰਾਇਆ ਉਹਨੇ ਕਿਸੇ ਮਾਮੂਲੀ ਅਫਸਰ ਦੀ ਧੀ ਨਾਲ ਵਿਆਹ ਕਰਾ ਲਿਆ ਤੇ ਫਿਰ ਸੱਟੇਬਾਜੀ 'ਚ ਪੈ ਗਿਆ ਤੇ ਅਖੀਰ ਆਪਣੇ ਆਪ ਨੂੰ ਤਬਾਹ ਕਰ ਲਿਆ ਮੇਰਾ ਖਿਆਲ ਹੈ ਕਿ ਉਹ ਪੈਸੇ ਉਧਾਰ ਮੰਗਣ ਦੀ ਕੋਸ਼ਿਸ਼ ਕਰੇਗੀ ਮੇਰੀ ਮਾਂ ਨੇ ਆਖਿਆ ਕਰੇ ਤਾਂ ਕੋਈ ਹੈਰਾਨੀ ਨਹੀਂ ਹੋਏਗੀ ਮੇਰੇ ਪਿਓ ਨੇ ਠੰਡੇ ਦਿਲ ਨਾਲ ਕਿਹਾ ਫ੍ਰਾਂਸੀਸੀ ਬੋਲਦੀ ਐ ਬੇहद ਖਰਾਬ ਹੂੰ ਪਰ ਇਸ ਨਾਲ ਕੀ ਫਰਕ ਪੈਂਦਾ ਤੂੰ ਮੈਨੂੰ ਕੀ ਆਖਿਆ ਸੀ ਕਿ ਤੂੰ ਉਹਦੀ ਧੀ ਨੂੰ ਸਦਿਆ ਕਿਸੇ ਨੇ ਮੈਨੂੰ ਦੱਸਿਆ ਸੀ ਕਿ ਉਹ ਬੜੀ ਚੰਗੀ ਕੁੜੀ ਐ ਤੇ ਚੰਗੀ ਪੜ੍ਹੀ ਲਿਖੀ ਜੇ ਇਹ ਗੱਲ ਐ ਤਾਂ ਆਪਣੀ ਮਾਂ ਤੇ ਨਾ ਹੁੰਦੀ ਨਾ ਹੀ ਪਿਓ ਤੇ ਮੇਰੇ ਪਿਓ ਨੇ ਮੂੜ ਕੇ ਆਖਿਆ ਸੀ ਤੇ ਭਾਵੇਂ ਪੜਿਆ ਲਿਖਿਆ ਪਰ ਬਹੁਤ ਬੁੱਧੂ ਸੀ ਮੇਰੀ ਮਾਂ ਨੇ ਹੌਕਾ ਲਿਆ ਤੇ ਸੋਚਾਂ ਦੇ ਵਹਿਣ ਚ ਬਹਿ ਗਈ ਮੇਰਾ ਪਿਓ ਵੀ ਚੁੱਪ ਰਿਹਾ ਇਸ ਸਾਰੀ ਗੱਲਬਾਤ ਦੌਰਾਨ ਮੈਨੂੰ ਬੇहद ਬੇਚੈਨੀ ਮਹਿਸੂਸ ਹੁੰਦੀ ਰਹੀ ਸੀ ਖਾਣਾ ਖਾ ਕੇ ਮੈਂ ਬਾਗ ਚ ਚਲਾ ਗਿਆ ਪਰ ਬੰਦੂਕ ਤੋਂ ਬਗੈਰ ਹੀ ਮੈਂ ਆਪਣੇ ਆਪ ਨੂੰ ਸੌਂ ਪਾਈ ਸੀ ਕਿ ਜ਼ਾਸੇਕੀਨ ਦੇ ਬਾਗ ਨੇੜੇ ਨਹੀਂ ਜਾਵਾਂਗਾ ਪਰ ਕੋਈ ਅਮੋੜ ਤਾਕਤ ਮੈਨੂੰ ਉਧਰ ਖਿੱਚੀ ਲਈ ਜਾਂਦੀ ਜਪਦੀ ਸੀ ਤੇ ਆਕਾਰਣ ਹੀ ਨਹੀਂ ਮੈਂ ਅਜੇ ਜੰਗਲੇ ਕੋਲ ਮਸਾ ਪਹੁੰਚਿਆ ਹੀ ਸੀ ਕਿ ਮੈਨੂੰ ਜ਼ਿਨਾਇਦਾ ਨਜ਼ਰ ਆ ਗਈ ਇਸ ਸਵਾਰੀ ਉਹ ਇਕੱਲੀ ਸੀ ਉਹਦੇ ਹੱਥਾਂ 'ਚ ਇੱਕ ਕਿਤਾਬ ਸੀ ਤੇ ਪਟੜੀ ਉੱਤੇ ਹੌਲੀ-ਹੌਲੀ ਟਹਿਲ ਰਹੀ ਸੀ ਮੇਰੇ ਵੱਲੋਂ ਦਾ ਧਿਆਨ ਨਹੀਂ ਸੀ ਗਿਆ ਮੈਂ ਤਕਰੀਬਨ ਉਹਨੂੰ ਲੰਘ ਜਾਣ ਦਿੱਤਾ ਸੀ ਪਰ ਅਚਾਨਕ ਹੀ ਮੈਨੂੰ ਖਿਆਲ ਆ ਗਿਆ ਤੇ ਮੈਂ ਮੜਾ ਜਿਹਾ ਖੰਗਿਆ ਉਹਨੇ ਪਿੱਛੇ ਮੁੜ ਕੇ ਵੇਖਿਆ ਪਰ ਖੜੀ ਨਹੀਂ ਹੋਈ ਤੀਲੀਆਂ ਦੇ ਆਪਣੇ ਗੋਲ ਹੈਟ ਦੇ ਚੌੜੇ ਨੀਲੇ ਰਿਬਨ ਨੂੰ ਇੱਕ ਪਾਸੇ ਕਰਕੇ ਹਲਕੀ ਜੀ ਮੁਸਕਾਨ ਨਾਲ ਵੇਖ ਕੇ ਆਪਣੀਆਂ ਨਜ਼ਰਾਂ ਫੇਰ ਕੇ ਕਿਤਾਬ ਦੇ ਪੰਨੇ ਤੇ ਟਿਕਾ ਲਈਆਂ ਮੈਂ ਆਪਣੀ ਟੋਪੀ ਲਾ ਲਈ ਤੇ ਥੋੜਾ ਛਿਰ ਇੱਧਰ ਉੱਧਰ ਪਾਉਂਦਾ ਰਿਹਾ ਤੇ ਬੋਝਲ ਦਿਲ ਨਾਲ ਉੱਥੋਂ ਚਲਾ ਗਿਆ ਕੋਈ ਸਵੇਜ਼ੇ ਪੋਰੇਲੇ ਮਤਲਬ ਮੈਂ ਉਹਦੇ ਵਾਸਤੇ ਕੀ ਹਾਂ ਮੈਂ ਆਪਣੇ ਆਪ ਨੂੰ ਫ੍ਰਾਂਸੀਸੀ ਚਾਖਿਆ ਰੱਬ ਜਾਣੇ ਕਿਉਂ ਤੇ ਮੇਰੇ ਪਿੱਛੋਂ ਜਾਣੇ ਪਛਾਣੇ ਕਦਮਾਂ ਦੀ ਆਹਟ ਆਈ ਮੈਂ ਪਿੱਛੇ ਨਜ਼ਰ ਮਾਰੀ ਤੇ ਆਪਣੇ ਪਿਓ ਨੂੰ ਉਹਦੀ ਸਧਾਰਨ ਚੁਸਤ ਹਲਕੀ ਚਾਲ ਆਪਣੇ ਵੱਲ ਆਉਂਦੀਆਂ ਵੇਖਿਆ ਪ੍ਰਿੰਸੈਸ ਦੀ ਧੀ ਸੀ ਉਹਨੇ ਪੁੱਛਿਆ ਹਾਂ ਸੋ ਤੂੰ ਉਹਨੂੰ ਜਾਣਦਾ ਹੈ ਮੈਂ ਅੱਜ ਸਵੇਰੇ ਉਹਨੂੰ ਪ੍ਰਿੰਸੈਸ ਕੋਲ ਵੇਖਿਆ ਸੀ ਮੇਰਾ ਪਿਓ ਖੜਾ ਹੋ ਗਿਆ ਅੱਡੀ ਦੇ ਭਾਰਤੀ ਜੀ ਨਾਲ ਮੁੜਿਆ ਤੇ ਪਿੱਛੇ ਚਲਾ ਗਿਆ ਜਦੋਂ ਜ਼ੈਨੈਦਾ ਦੇ ਕੋਲ ਚਲਾ ਗਿਆ ਤਾਂ ਉਹਨੇ ادب ਨਾਲ ਸਿਰ ਝੁਕਾਇਆ ਜਵਾਬ ਵਿੱਚ ਉਹਨੇ ਵੀ ਸਿਰ ਝੁਕਾਇਆ ਭਾਵੇਂ ਉਹਦੇ ਚਿਹਰੇ ਉੱਤੇ ਇੱਕ ਖਾਸ ਤਰ੍ਹਾਂ ਦੀ ਹੈਰਾਨੀ ਸੀ ਤੇ ਆਪਣੀ ਕਿਤਾਬ ਨੀਵੀਂ ਕਰ ਲਈ ਮੈਂ ਵੇਖ ਰਿਆ ਸਾਂ ਕਿ ਕਿਵੇਂ ਉਹਦੀਆਂ ਨਜ਼ਰਾਂ ਮੇਰੇ ਪਿਓ ਦਾ ਪਿੱਛਾ ਕਰ ਰਹੀਆਂ ਸਨ ਮੇਰਾ ਪਿਓ ਹਮੇਸ਼ਾ ਬੜੇ ਸ਼ਾਨਦਾਰ ਕੱਪੜੇ ਪਾਉਂਦਾ ਸੀ ਬਿਲਕੁਲ ਸਾਦੇ ਪਰ ਆਪਣੇ ਅੰਦਾਜ਼ ਨਾਲ ਪਰ ਕਦੇ ਵੀ ਉਹਦਾ ਜੁੱਸਾ ਉਹਦੇ ਰਸ ਡੋਲ ਨਹੀਂ ਸੀ ਜਾਂ ਪਿਆ ਕਦੇ ਵੀ ਉਹਦਾ ਸਲੇਟੀ ਹੈਡ ਟੂ ਦੇ ਹੌਲੀ ਹੌਲੀ ਵਿਰਲੇ ਹੁੰਦੇ ਜਾਂਦੇ ਲੱਛੇਦਾਰ ਵਾਲਾ ਉੱਤੇ ਉਹਦੇ ਰ ਫੱਬਾ ਫੱਬਵਾ ਨਹੀਂ ਸੀ ਟਿਕਿਆ ਮੈਂ ਜ਼ੈਨਾਇਦਾ ਵੱਲ ਕੁਝ ਕਦਮ ਵਧਿਆ ਪਰ ਉਸਨੇ ਮੇਰੇ ਵੱਲ ਵੇਖਿਆ ਵੀ ਨਹੀਂ ਤੇ ਇੱਕ ਵਾਰੀ ਫੇਰ ਆਪਣੀ ਕਿਤਾਬ ਚੁੱਕ ਕੇ ਤੁਰ ਪਈ ਅੰਗ 6 ਸਾਰੀ ਸ਼ਾਮ ਅਗਲੀ ਸਵੇਰ ਮੈਂ ਇੱਕ ਕਿਸਮ ਦੀ ਸੁੰਨ ਉਦਾਸੀ 'ਚ guzari। ਮੈਨੂੰ ਯਾਦ ਹੈ ਮੈਂ ਕੰਮ ਕਰਨ ਦੀ ਕੋਸ਼ਿਸ਼ ਕਰਦਾ ਸੀ ਤੇ ਕਾਇਦਾ ਨੋਬ ਨੂੰ ਫੜ ਲੈਂਦਾ ਸੀ ਪਰ ਵਿਅਰਥ ਪ੍ਰਸਿੱਧ ਪਾਠ ਪੁਸਤਕ ਦੀਆਂ ਲੰਮੀਆਂ ਸਤਰਾਂ ਨੇ ਮੈਨੂੰ ਬਿਜਲੀ ਦੇ ਲਿਸ਼ਕ ਵਾਂਗ ਮੇਰੀਆਂ ਅੱਖਾਂ ਅੱਗੋਂ ਲੰਘਦੇ ਜਾਂਦੇ ਸਨ। ਮੈਂ ਘਟੋ ਘਟ 10 ਵਾਰੀ ਇਹ ਸ਼ਬਦ ਪੜੇ ਜੂਲੀਅਸ ਸੀਜ਼ਰ ਉਗਰਣ ਯੋਦਾਸੀ ਤੇ ਅਖੀਰ ਇਹ ਮਹਿਸੂਸ ਕਰਕੇ ਕਿ ਇਹਨਾਂ ਲਫ਼ਜ਼ਾਂ ਦਾ ਭਾਵ ਮੇਰੇ ਦਿਮਾਗ 'ਚ ਨਹੀਂ ਬੈਂਦਾ ਮੈਂ ਕਿਤਾਬ ਰੱਖ ਖਾਣੇ ਦਾ ਵਕਤ ਹੋ ਜਾਣ ਤੋਂ ਕੁਛ ਚਿਰ ਪਹਿਲਾਂ ਮੈਂ ਫਿਰ ਆਪਣੇ ਵਾਲਾਂ ਉੱਤੇ ਖੁਸ਼ਬੂਦਾਰ ਕਰੀਮ ਲਾਈ ਤੇ ਫਿਰ ਸੂਟ ਪਾ ਲਿਆ ਤੇ ਟਾਈ ਲਾ ਲਈ। ਇਹ ਕਿਸ ਵਾਸਤੇ? ਮੇਰੀ ਮਾਂ ਨੇ ਪੁੱਛਿਆ। ਤੂੰ ਜੇ ਕਾਲਜ ਯੂਨੀਵਰਸਿਟੀ 'ਚ ਨਹੀਂ ਪੜਦਾ ਤੇ ਰੱਬ ਜਾਣੇ ਤੂੰ ਇਮਤਿਹਾਨ 'ਚ ਪਾਸ ਵੀ ਹੋਏਂਗਾ ਜਾਂ ਨਹੀਂ। ਨਾਲੇ ਤੇਰੀ ਜੈਕਟ ਬਿਲਕੁਲ ਨਵੀਂ ਐ ਇਹਨੂੰ ਸੁੱਟ ਛੱਡਣ ਹੈ। ਮਹਿਮਾਨ ਆਉਣ ਵਾਲੇ ਨੇ। ਮੈਂ ਮੈ ਯੂਸ ਹੁੰਦੀਆਂ ਹੋਲੀ ਜੀ ਕਿਆ। ਬਕਵਾਸ। ਉਹ ਕਾਹਦੇ ਮਹਿਮਾਨ ਨੇ? ਹੁਕਮ ਮੰਨਣ ਤੋਂ ਬਗੈਰ ਕੋਈ ਚਾਰਾ ਨਹੀਂ ਸੀ ਮੈਂ ਜੈਕਟ ਤਾਂ ਪਾ ਲਈ ਪਰ ਟਾਈ ਨਾ ਲਾਈ ਪ੍ਰਿੰਸੈਸ ਤੇ ਉਹਦੀ ਧੀ ਖਾਣੇ ਦੇ ਵਕਤ ਤੋਂ ਅੱਧਾ ਘੰਟਾ ਪਹਿਲਾਂ ਹੀ ਆ ਗਈਆਂ ਬੁੱਢੀ ਔਰਤ ਨੇ ਆਪਣੀ ਹਰੇ ਰੰਗ ਦੀ ਪੋਸ਼ਾਕ ਉੱਪਰ ਜਿਹੜੀ ਮੈਂ ਪਹਿਲਾਂ ਵੇਖੀ ਹੋਈ ਸੀ ਇੱਕ ਪੀਲੀ ਸ਼ਾਲ ਕੀਤੀ ਹੋਈ ਸੀ ਤੇ ਝੜਕਦੇ ਰੰਗਾਂ ਦੇ ਹਰ ਰਿਬਨ ਵਾਲੀ ਪੁਰਾਣੇ ਨਮੂਨੇ ਦੀ ਟੋਪੀ ਪਾਈ ਸੀ ਉਹ ਫੌਰਨ ਆਪਣੇ ਪਰਨੋਟਾਂ ਦੀਆਂ ਗੱਲਾਂ ਕਰਨ ਲੱਗੀ ਹੌਕੇ ਭਰਨ ਲੱਗੀ ਆਪਣੀ ਗਰੀਬੀ ਤੇ ਰੋਣੇ ਰੋਣ ਲੱਗੀ ਰੰਗ ਰੰਗ ਕਰਨ ਲੱਗੇ ਪਰ ਉਹਨੇ ਆਪਣੇ ਚਿਹਰੇ ਉੱਤੇ ਸੰਗ ਸ਼ਰਮ ਦੀ ਕੋਈ ਝਲਕ ਨਾ ਆਉਣ ਦਿੱਤੀ ਤੇ ਉਹ ਨਿਸ਼ਚਿੰਤ ਹੋ ਕੇ ਜ਼ੋਰ ਸ਼ੋਰ ਨਾਲ ਨਸਵਾਰ ਚੜਾਉਂਦੀ ਆਪਣੀ ਕੁਰਸੀ 'ਚ ਪਲਸੇਟੇ ਮਾਰਦੀ ਰਹੀ ਜਿਵੇਂ ਆਪਣੇ ਘਰ 'ਚ ਹੀ ਬੈਠੀ ਹੋਵੇ ਜਬਦਾ ਸੀ ਉਹਨੂੰ ਇਸ ਗੱਲ ਦਾ ਕੋਈ ਖਿਆਲ ਹੀ ਨਹੀਂ ਕਿ ਉਹ ਇੱਕ ਪ੍ਰਿੰਸੈਸ ਹੈ ਤੇ ਦੂਜੇ ਪਾਸੇ ਜ਼ਿਨਾਈ ਦਾ ਵਿੱਚ ਇੱਕ ਨਖਰਾ ਲਗਭਗ ਕੁਮੰਡ ਸੀ ਤੇ ਰੋਮ ਰੋਮ ਪ੍ਰਿੰਸੈਸ ਸੀ ਉਹਦੇ ਚਿਹਰੇ ਉੱਤੇ ਇੱਕ ਰੁੱਖੀ ਕਠੋਰਤਾ ਤੇ ਗੰਭੀਰਤਾ ਸੀ ਮੇਰੇ ਕੋਲੋਂ ਪਛਾਣੀ ਨਹੀਂ ਸੀ ਜਾਂਦੀ ਉਹਦੀ ਮੁਸਕਾਨ ਉਹਦੀ ਨਜ਼ਰ ਵੀ ਪਹਿਲਾਂ ਵਾਲੀ ਨਹੀਂ ਸੀ ਪਰ ਆਪਣੇ ਇਸ ਨਵੇਂ ਰੂਪ ਚ ਵੀ ਉਹ ਮੈਨੂੰ ਘੱਟ ਖੂਬਸੂਰਤ ਨਹੀਂ ਸੀ ਲੱਗੀ ਉਹਨੇ ਰੇਸ਼ਮੀ ਜਾਲੀਦਾਰ ਕੱਪੜੇ ਦੀ ਫਰੌਕ ਪਾਈ ਹੋਈ ਸੀ ਜਿਸ ਉਤੇ ਪੀਲੇ ਨੀਲੇ ਵੇਲ ਬੂਟੇ ਬਾਈ ਸਨ ਉਹਨੇ ਆਪਣੀਆਂ ਲੰਮੀਆਂ ਗੁੰਡਲਾਂ ਵਾਲੀਆਂ ਜ਼ੁਲਫਾਂ ਅੰਗਰੇਜ਼ੀ ਫੈਸ਼ਨ ਨਾਲ ਆਪਣੇ ਚਿਹਰੇ ਦੇ ਦੋਵੇਂ ਪਾਸੇ ਸੁੱਟੀਆਂ ਸਨ ਕੇਸਾਂ ਦਾ ਇਹ ਸ਼ਿੰਗਾਰ ਉਹਦੇ ਚਿਹਰੇ ਦੇ ਨਿਰਮੋਹੀ ਭਾਵ ਨੂੰ ਬੜਾ ਫੱਬਵਾ ਸੀ ਰੋਟੀ ਖਾਂਦਿਆਂ ਮੇਰਾ ਪਿਓ ਦੇ ਨਾਲ ਬੈਠਾ ਸੀ ਤੇ ਉਹਨੇ ਆਪਣੇ ਕਾਸ ਨਫੀਸ ਤੇ ਸ਼ਾਂਤ ਸਾਉਪਣੇ ਨਾਲ ਆਪਣੀ ਗਵੰਧਨ ਦਾ ਮਨਪਰਚਾਈ ਰੱਖਿਆ ਸੀ ਥੋੜੇ ਥੋੜੇ ਚਿਰ ਬਾਅਦ ਉਹਦੇ ਚਿਹਰੇ ਵੱਲ ਵੇਖ ਲੈਂਦਾ ਇਸੇ ਤਰ੍ਹਾਂ ਕਦੇ ਉਹਦੇ ਚਿਹਰੇ ਵੱਲ ਵੇਖਣ ਲੱਗ ਜਾਂਦੀ ਤੇ ਜ਼ੈਨੈਦਾ ਦੀ ਤਕਣੀ ਵਿੱਚ ਕੁਝ ਅਜੀਬ ਲੱਗ ਫਖ ਖੁਣਸੀ ਜਿਆ ਸੀ ਉਹ ਫ੍ਰਾਂਸੀਸੀ ਵਿੱਚ ਗੱਲਾਂ ਕਰਦੇ ਰਹੇ ਸਨ ਮੈਨੂੰ ਯਾਦ ਹੈ ਜ਼ੈਨੈਦਾ ਦੇ ਉਚਾਰਨ ਦੀ ਸ਼ੁੱਧਤਾ ਤੋਂ ਮੈਂ 당ਗ ਰਹਿ ਗਿਆ ਸੀ ਬੁੱਢੀ ਪ੍ਰਿੰਸੈਸ ਖਾਣਾ ਖਾਂਦੀ ਹੋਈ ਉਸੇ ਹੀ ਬੇਤਕल्लਫੀ ਦਾ ਕੰਮ ਲੈ ਰਹੀ ਸੀ ਜਿਹਦਾ ਉਹ ਖਾਣਾ ਉਹ ਪਹਿਲਾਂ ਕਰ ਚੁੱਕੀ ਸੀ ਜਦ ਆਪ ਦਾ ਸੀ ਉਹਨੂੰ ਕਿਸੇ ਕਿਸਮ ਦੀ ਕੋਈ ਕਬਰਾਰ ਜਾਂ ਪਰੇਸ਼ਾਨੀ ਨਹੀਂ ਸੀ ਉਹ ਖੂਬ ਖਾ ਰਹੀ ਸੀ ਤੇ ਖਾਣੇ ਦੀਆਂ ਤਾਰੀਫਾਂ ਕਰੀ ਜਾਂਦੀ ਸੀ ਮੇਰੀ ਮਾਂ ਪਰ ਤੱਕ ਹੀ ਉਹ ਤੋਂ ਤੰਗ ਆ ਗਈ ਜਦ ਦੀ ਸੀ ਉਦਾਸ ਗਿਲਾਨੀ ਨਾਲ ਉਹਦੀਆਂ ਗੱਲਾਂ ਦਾ ਜਵਾਬ ਦੇ ਰਹੀ ਸੀ ਮੇਰਾ ਪਿਓ ਕਿਸੇ ਕਿਸੇ ਵੇਲੇ ਥੋੜਾ ਜਿਹਾ ਨੱਕ ਮੂੰਹ ਵੱਟਦਾ ਸੀ ਤੇ ਮੇਰੀ ਮਾਂ ਨੇ ਜ਼ੈਨੈਦਾ ਦੀ ਵੀ ਕੋਈ ਪਰਵਾਹ ਨਹੀਂ ਸੀ ਕੀਤੀ ਕਿੱਡੀ ਹੰਕਾਰ ਨੇ ਅਗਲੇ ਦਿਨ ਉਹਨੇ ਆਖਿਆ ਸੀ ਪਤਾ ਤਾਂ ਲੱਗੇ ਕਿਹੜੀ ਗੱਲ ਦਾ ਹੰਕਾਰ ਸੂ ਆ ਵੇਖ ਸਮਾਈਂ ਦੀ ਗ੍ਰਿਸੱਚੇ ਬਦਕਾਰਾਂ ਵਾਲੀ ਸੂਰਤ ਤੂੰ ਲੱਗਦਾ ਗ੍ਰਿਸੱਚੇ ਕਦੀ ਵੇਖੀਆਂ ਨਹੀਂ ਮੇਰੇ ਪਿਓ ਨੇ ਟੋਕਿਆ ਤੇ ਸ਼ੁਕਰ ਹੈ ਪ੍ਰਮਾਤਮਾ ਦਾ ਬੇਸ਼ੱਕ ਸ਼ੁਕਰ ਹੈ ਪ੍ਰਮਾਤਮਾ ਦਾ ਪਰ ਇਸ ਹਾਲਤ ਵਿੱਚ ਤੈਨੂੰ ਉਹਨਾਂ ਬਾਰੇ ਕੋਈ ਫੈਸਲਾ ਦੇਣ ਦਾ ਕੋਈ ਹੱਕ ਨਹੀਂ ਜ਼ੈਨਾਈਦੀ ਨੇ ਮੇਰੇ ਵੱਲ ਕੋਈ ਧਿਆਨ ਨਹੀਂ ਸੀ ਦਿੱਤਾ ਖਾਣੇ ਤੋਂ ਛੇਤੀ ਮਗਰੋਂ ਪ੍ਰਿੰਸੈਸ ਨੇ ਉੱਠ ਕੇ ਜਾਣ ਦੀ ਆਗਿਆ ਲਈ ਸੋ ਮੈਂ ਤੁਹਾਡੇ ਆਸਰੇ ਤੇ ਟੇਕ ਰੱਖ ਸਕਦੀ ਹਾਂ ਕੋ ਲਾਇਏ ਬਨਾ ਤੇ ਪਿਉਤਰ ਵਸਲੀਏ ਵਿੱਚ ਉਹਨੇ ਲਮਕਮੀ ਆਵਾਜ਼ ਤੇ ਮੇਰੇ ਮਾਪਿਆਂ ਨੂੰ ਸੰਬੋਧਨ ਕੀਤਾ ਕੀ ਕਰਾਂ ਕਦੇ ਚੰਗੇ ਦਿਨ ਵੀ ਸਨ ਹੁਣ ਨਹੀਂ ਰਹੇ ਆਹ ਹਾਲ ਹੋ ਗਿਆ ਜੀ ਬੇਗਮ ਦਾ ਉਹਨੇ ਨਾ ਖੁਸ਼ਗਵਾਰ ਹਾਸੇ ਨਾਲ ਇੰਨੀ ਗੱਲ ਵੀ ਆਖ ਦਿੱਤੀ ਇੱਜ਼ਤ ਮਾਨ ਨੂੰ ਕੋਈ ਕੀ ਕਰੇ ਜੇ ਘਰੇ ਖਾਣ ਨੂੰ ਨਾ ਹੋਵੇ ਤੇ ਮੇਰੇ ਪਿਓ ਨੇ ਆਦਰ ਨਾਲ ਉਹਦੇ ਅੱਗੇ ਸਿਰ ਚੁਕਾਇਆ ਤੇ ਉਹਨੂੰ ਦਰਵਾਜ਼ੇ ਤੱਕ ਛੱਡਣ ਗਿਆ ਮੈਂ ਆਪਣੀ ਛੋਟੀ ਜੈਕਟ ਪਾਈ ਉੱਥੇ ਖੜਾ ਫਰਸ਼ ਨੂੰ ਇਉਂ ਘੁੱਲ ਰਿਹਾ ਸੀ ਜਿਵੇਂ ਕਿਸੇ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੋਵੇ ਜ਼ੈਨੈਦਾ ਦੇ ਵਿਹਾਰ ਨੇ ਮੈਨੂੰ ਪੂਰੀ ਤਰ੍ਹਾਂ ਮਾਰ ਮੁਕਾਇਆ ਸੀ ਇਸ ਲਈ ਮੇਰੀ ਹੈਰਾਨੀ ਦਾ ਅੰਦਾਜ਼ਾ ਲਾਓ ਜਦੋਂ ਉਹਨੇ ਮੇਰੇ ਕੋਲੋਂ ਦੀ ਲੰਘਦਿਆਂ ਆਪਣੀਆਂ ਅੱਖਾਂ 'ਚ ਪਹਿਲਾਂ ਵਾਲੀ ਮੋਹ ਭਰੀ ਤੱਕਣੀ ਨਾਲ ਜਲਦੀ ਜਲਦੀ ਫੁਸਰ-ਫੁਸਰ ਕੀਤਾ ਸ਼ਾਮ ਨੂੰ 8 ਵਜੇ ਸਾਡੇ ਵੱਲ ਆਇਓ ਸੁਣ ਲਓ ਭੁੱਲਿਓ ਨਾ ਅੱਕਾ ਬੱਕਾ ਮੈਂ ਸਿਰਫ ਆਪਣੀਆਂ ਬਾਹਾਂ ਹੀ ਫੈਲਾ ਸਕਿਆ ਸੀ ਪਰ ਉਹ ਚਲੀ ਗਈ ਸੀ ਆਪਣਾ ਆਪਣੇ ਸਿਰ ਉੱਤੇ ਛਟੜ ਮੋਲ ਟਕਾਉਂਦੀ ਹੋਈ ਅੰਗ ਸਬਦਾਂ ਠੀਕ 8 ਵਜੇ ਆਪਣਾ ਫਰੌਗ ਕੋਟ ਪਾ ਕੇ ਤੇ ਸਿਰ ਦੇ ਵਾਲਾਂ ਨੂੰ ਬਰਸ਼ ਕਰਕੇ ਰਤਾ ਕੋ ਉਬਰਵੇਂ ਬਣਾ ਕੇ ਮੈਂ ਉਸ ਐਨੇਕਸੀ ਦੇ ਲਾਂਗੇਜ ਪਹੁੰਚਿਆ ਜਿਸਟ ਪ੍ਰਿੰਸੈਸ ਰਹਿੰਦੀ ਸੀ ਬੁੱਢਾ ਨੌਕਰ ਚਾਟ ਨਜ਼ਰਾਂ ਨਾਲ ਮੈਨੂੰ ਵੇਖਦਾ ਹੋਇਆ ਜਕੋ ਤਕੀਆਂ 'ਚ ਬੈਂਚ ਤੋਂ ਉੱਠ ਖੜਾ ਹੋਇਆ ਜਿਸ ਉੱਤੇ ਉਹ ਬੈਠਾ ਹੋਇਆ ਸੀ ਦੀਵਾਨਖਾਨੇ ਵਿੱਚੋਂ ਹਾਸੇ ਖੇਡੀ ਦੀਆਂ ਆਵਾਜ਼ਾਂ ਆ ਰਹੀਆਂ ਸਨ ਮੈਂ ਬੂਹਾ ਖੋਲਿਆ ਤੇ ਡੋਰ ਪਰ ਹੋਇਆ ਪਿੱਛੇ हट ਗਿਆ ਕਮਰੇ ਦੇ ਵਿੱਚ ਘਰ ਛੋਟੀ ਪ੍ਰਿੰਸੈਸ ਆਪਣੇ ਹੱਥਾਂ ਚਾਈ ਇੱਕ ਮਰਦਾਂਵਾ ਹੈਟ ਫੜੀ ਇੱਕ ਕੁਰਸੀ ਉੱਤੇ ਖੜੀ ਸੀ ਤੇ ਪੰਜ ਆਦਮੀਆਂ ਨੇ ਕੁਰਸੀ ਦੇ ਵਾਲੇ ਜਮ ਘਟਾ ਪਾਇਆ ਹੋਇਆ ਸੀ ਇਹ ਸਭ ਲੋਕ ਹੈਟ ਵਿੱਚ ਹੱਥ ਪਾਉਣ ਦੀ ਕੋਸ਼ਿਸ਼ ਕਰ ਰਹੇ ਸਨ ਤੇ ਉਹ ਹੈਟ ਨੂੰ ਇੱਧਰ ਉੱਧਰ ਹਿਲਾ ਕੇ ਉਹਨਾਂ ਦੇ ਹੱਥ ਨੇੜੇ ਨਹੀਂ ਸੀ ਆਉਣ ਦਿੰਦੇ ਮੈਨੂੰ ਵੇਖ ਕੇ ਉਹ ਚਿੱਲਾਈ ਠਰੋ ਠਰੋ ਇੱਕ ਨਵਾਂ ਮਹਿਮਾਨ ਆਇਆ ਉਹਨੂੰ ਵੀ ਟਿਕਟ ਮਿਲਣੀ ਚਾਹੀਦੀ ਐ ਤੇ ਕੁਰਸੀ ਤੋਂ ਮਲਕੜੇ ਜੇ ਛਾਲ ਮਾਰ ਕੇ ਉਹਨੇ ਮੈਨੂੰ ਮੇਰੇ ਕੋਟ ਦੀ ਬਾਹਾਂ ਤੋਂ ਆਪ ਪੜਿਆ ਆ ਜਾ ਉਹਨੇ ਆਖਿਆ ਇੱਥੇ ਕਿਉਂ ਖੜੇ ਹੋ ਸ੍ਰੀਮਾਨ ਜੀ ਆਓ ਤੁਹਾਡੀ ਜਾਣ ਪਛਾਣ ਕਰਾਵਾਂ ਉਹਨੇ ਮਿਸੇਵੁਲ ਦੇ ਮਾਰ ਸਾਡੇ ਗਵੰਡੀ ਦੇ ਬੇਟੇ ਤੇ ਇਹ ਉਹਨੇ ਆਪਣੇ ਇੱਕ ਇੱਕ ਮਹਿਮਾਨ ਵੱਲ ਇਸ਼ਾਰਾ ਕਰਦੇ ਹੋ ਮੈਨੂੰ ਸੰਬੋਧਨ ਕੀਤਾ ਇਹਨੇ ਕਾਉਟ ਮਲੇਵਸਕੀ ਡਾਕਟਰ ਲੂਸ਼ੇਨ ਕਵੀ ਮੈਦਨੋ ਰਿਟਾਇਰਡ ਕਪਤਾਨ ਨਿਰਮਤ ਸਕੀ ਤੇ ਬੇਲੋਵ ਜ਼ੋਰੋ ਹੁਸਾਰ ਜਿਹਨੂੰ ਤੁਸੀਂ ਮਿਲ ਚੁੱਕੇ ਹੋ ਆਸ ਹੈ ਤੁਹਾਡੀ ਸਭ ਦੀ ਦੋਸਤੀ ਹੋ ਜਾਏਗੀ ਮੈਂ ਨਾ ਬੰਦਲ ਗਿਆ ਵੀ ਕਿਸੇ ਅੱਗੇ ਸਿਰ ਵੀ ਨਾ ਝੁਕਾ ਸਕਿਆ ਡਾਕਟਰ ਲੂਸ਼ਨ ਨੂੰ ਮੈਂ ਪਛਾਣ ਲਿਆ ਕਿ ਕਾਲੇ ਵਾਲਾ ਵਾਲਾ ਉਹ ਹੀ ਸੱਜਣ ਹੈ ਜਿਨੇ ਬਾਗ ਚ ਬੜੀ ਬੇਦਰਦੀ ਨਾਲ ਮੇਰੀ ਖਿੱਲੀ ਉਡਾਈ ਸੀ ਬਾਕੀ ਸਭ ਮੇਰੇ ਵਾਸਤੇ ਉਪਰੇ ਸਨ ਕਾਉਂਟ ਜ਼ੇਨਾਇਦਾ ਕਹਿ ਰਹੀ ਸੀ ਮਸੀਹ ਵੋਲਦੇਮਾਰ ਦੇ ਨਾਂ ਦੀ ਇੱਕ ਟਿਕਟ ਬਣਾਓ ਇਹ ਤਾਂ ਮੁਨਾਸਬ ਨਹੀਂ ਕਾਉਂਟ ਨੇ ਹਲਕੇ ਜਿਹੇ ਪਾਲਿਸ਼ ਚਾਰਨ ਢੰਗ ਨਾਲ ਇਤਰਾਜ਼ ਕੀਤਾ ਉਹ ਇੱਕ ਖੂਬਸੂਰਤ ਕਾਲੇ ਵਾਲਾਂ ਤੇ ਗੱਲਾਂ ਕਰਦੀਆਂ ਭੂਰੀਆਂ ਅੱਖਾਂ ਪਤਲੇ ਜਿਹੇ ਪੀਲੇ ਨੱਕ ਤੇ ਨਿੱਕੇ ਜਿਹੇ ਮੂੰਹ ਤੇ ਨਿੱਕੇ ਨਿੱਕੇ ਮਹੀਨ ਮੁੱਛਾਂ ਵਾਲਾ ਬੰਦਾ ਸੀ ਉਹਨੇ ਸਾਡੇ ਨਾਲ ਫਾਂਤੀ ਨਹੀਂ ਸਹੀ ਖੇਡੀ ਫਾਂਤੀ ਮਤਲਬ ਲਾਟਰੀ ਕੱਢ ਕੇ ਕਿਸੇ ਨੱਚਣ ਖੇਡਣ ਜਾਂ ਕਿਸੇ ਨੂੰ ਚੁੰਮਣ ਦੀ ਖੇਡ ਮੁਨਾਸਬ ਨਹੀਂ ਬੈਲਵ ਬੈਲਵ ਜ਼ਰਵ ਉਸ ਸ੍ਰੀਮਾਨ ਨੇ ਆਖਿਆ ਜਿਹਦੀ ਇੱਕ ਰਿਟਾਇਰਡ ਕਪਤਾਨ ਵੱਜੋਂ ਮੇਰੇ ਨਾਲ ਜਾਣ ਪਛਾਣ ਕਰਾਈ ਗਈ ਸੀ ਇਹ 40 ਕੁ ਵਰਿਆਂ ਦੀ ਉਮਰ ਦਾ ਆਦਮੀ ਸੀ ਜਿਹਦਾ ਮੂੰਹ ਮਾਤਾ ਦੇ ਦਾਗਾਂ ਨਾਲ ਬੁਰੀ ਤਰ੍ਹਾਂ ਭਰਿਆ ਹੋਇਆ ਸੀ ਵਾਲ ਇੰਨੇ ਕੁੰਗਰਾਲੇ ਜਿਵੇਂ ਕਿਸੇ ਨੀਗਰੂ ਦੇ ਹੋਣ ਝੁਕੇ ਹੋਏ ਮੋਢੇ ਮੁੜੀਆਂ ਹੋਈਆਂ ਲੱਤਾਂ ਜਿਨੇ ਮੋਢਿਆਂ ਵਾਲੀਆਂ ਫੀਤੀਆਂ ਬਗੈਰ ਫੌਜੀ ਕੋਟ ਪਾਇਆ ਹੋਇਆ ਸੀ ਜਿਹਦੇ ਬਟਨ ਖੁੱਲੇ ਸੀ ਟਿਕਟ ਬਣਾ ਦਿਓ ਮੈਂ ਤੁਹਾਨੂੰ ਕਹਿੰਨੀ ਆ ਪ੍ਰਿੰਸੈਸ ਨੇ ਦੁਬਾਰਾ ਆਖਿਆ ਵਿਦਰੋਹੀ ਬਣਨ ਦੀ ਨਹੀਂ ਲੋੜ ਮਸੀਹ ਬੋਲਦੇ ਮਾਰਦਾ ਸਾਡੇ ਨਾਲ ਪਹਿਲਾ ਦਿਨ ਹੈ ਤੇ ਉਹਦੇ ਵਾਸਤੇ ਕਾਨੂੰਨ ਵਿੱਚ ਢਿਲ ਵਰਤੀ ਜਾ ਸਕਦੀ ਹੈ ਕੋਈ ਨਹੀਂ ਬੁੜਬੁੜਨਾ ਕਰੋ ਤੇ ਜਿਵੇਂ ਮੈਂ ਕਹਿੰਨੀ ਆਂ ਕਰੋ ਕਾਉਂਟ ਨੇ ਆਪਣੇ ਮੁੱਡੇ ਝਟਕੇ ਪਰ ਆਗਿਆਕਾਰਾਂ ਵਾਂਗ ਸਿਰ ਨੀਵਾ ਕਰ ਲਿਆ ਉਹਨੇ ਆਪਣੀਆਂ ਮੁੰਦਰੀਆਂ ਵਾਲੀਆਂ ਗੂਰੀਆਂ ਉਂਗਲਾਂ 'ਚ ਕਲਮ ਫੜੀ ਕਾਗਜ਼ ਦਾ ਇੱਕ ਟੁਕੜਾ ਪਾੜਿਆ ਤੇ ਲਿਖਣਾ ਸ਼ੁਰੂ ਕਰ ਦਿੱਤਾ ਘਟੋ ਘਟੇ ਇਜਾਜ਼ਤ ਤਾਂ ਦਿਓ ਕਿ ਮਸੀਹ ਬੋਲਦੇ ਮਾਰ ਨੂੰ ਨੇਮ ਸਮਝਾ ਦਿੱਤੇ ਜਾਣ ਲੁਸ਼ਣ ਨੇ ਕਟਾਕ ਮਈਆ ਵਾਸਤੇ ਆਖਿਆ ਪੂਰੀ ਤਰ੍ਹਾਂ ਖਭਰਾਇਆ ਜਾਪਦਾ ਹੈ ਦੇਖਦੇ ਹੋ ਨੌਜਵਾਨ ਅਸੀਂ ਫਨਤੀ ਖੇਡ ਰਹੇ ਹਾਂ ਪ੍ਰਿੰਸੈਸ ਨੂੰ ਜੁਰਮਾਨਾ ਕੀਤਾ ਗਿਆ ਜਿਸ ਦੀ ਵੀ ਸੁਭਾਗੀ ਟਿਕਟ ਨਿਕਲਾਈ ਉਹਨੂੰ ਪ੍ਰਿੰਸੈਸ ਦਾ ਹੱਕ ਹੋਏਗਾ ਸਮਝ ਗਏ ਜੋ ਤੁਹਾਨੂੰ ਆਖਿਆ ਗਿਆ ਮੈਂ ਸਿਰਫ ਉਹਦੇ ਵੱਲ ਝਾਕ ਕੇ ਵੇਖਿਆ ਤੇ ਡੋਰ ਫੌਰ ਆਪਣੀ ਥਾਂ ਖੜਾ ਰਿਹਾ ਪ੍ਰਿੰਸੈਸ ਇੱਕ ਵਾਰੀ ਫਿਰ ਉਛਲ ਕੇ ਕੁਰਸੀ ਤੇ ਚੜ ਗਈ ਇੱਕ ਵਾਰੀ ਫੇਰ ਹੈਟ ਨੂੰ ਇੱਧਰ ਉੱਧਰ ਹਿਲਾਉਣ ਲੱਗੀ ਸਾਰੇ ਜਣੇ ਉਸ ਵੱਲ ਹੱਥ ਵਧਾਉਣ ਲੱਗੇ ਮੈਂ ਵੀ ਉਹਨਾਂ 'ਚ ਸ਼ਾਮਲ ਸਾਂ ਮੈਦਨੋ ਪ੍ਰਿੰਸੈਸ ਨੇ ਇੱਕ ਪਤਲੇ ਚਿਹਰੇ ਨਿੱਕੇ ਨਿੱਕੇ ਕਮਜ਼ੋਰ ਨਜ਼ਰ ਵਾਲੀਆਂ ਅੱਖਾਂ ਤੇ ਲੰਮੇ ਕਾਲੇ ਵਾਲਾਂ ਵਾਲੇ ਉੱਚੇ ਲੰਮੇ ਗੱਭਰੂ ਨੂੰ ਸੰਬੋਧਨ ਕਰਕੇ ਆਖਿਆ ਤੁਸੀਂ ਤਾਂ ਕਵੀ ਹੋ ਤੁਹਾਨੂੰ ਦਰਿਆ ਦੇ ਲਈ ਤੋਂ ਕੰਮ ਲੈਣਾ ਚਾਹੀਦਾ ਤੇ ਮਾਸੇਵੋਲ ਦੇ ਮਾਰ ਨੂੰ ਆਪਣੀ ਟਿਕਟ ਲੈ ਲੈਣ ਦੇਣੀ ਚਾਹੀਦੀ ਹੈ ਤਾਂ ਜੋ ਉਹਨੂੰ ਇੱਕ ਦੀ ਥਾਂ ਦੋ ਮੌਕੇ ਮਿਲ ਜਾਣ ਫਰਮਾਇਦਾ ਨੋਵ ਨੇ ਆਪਣਾ ਸਿਰ ਛੰਡਿਆ ਤੇ ਆਪਣੇ ਲੰਮੇ ਕਾਲੇ ਵਾਲ ਪਿਛਾਂ ਛੁੱਟੇ ਮੈਂ ਸਾਰਿਆਂ ਤੋਂ ਬਾਅਦ ਹੈਡਸ ਆਪਣਾ ਹੱਥ ਪਾਇਆ ਆਪਣੀ ਟਿਕਟ ਬਾਹਰ ਕੱਢੀ ਤੇ ਜਿਹਨੂੰ ਖੋਲਿਆ ਓਏ ਰੱਬਾ ਤੁਸੀਂ ਮੇਰੇ ਜਜ਼ਬਾਤਾਂ ਦਾ ਅੰਦਾਜ਼ਾ ਲਾਓ ਜਦੋਂ ਮੈਂ ਉਸ ਉੱਤੇ ਲਿਖਿਆ ਵੇਖਿਆ ਚੁੰਮੀ ਚੁੰਮੀ ਮੈਂ ਆਪ ਮਹਾਰਾ ਬੋਲ ਉਠਿਆ ਬੋਲੇ ਓਏ ਜਿੱਤ ਗਿਆ ਪ੍ਰਿੰਸੈਸ ਇੱਕਦਮ ਚੀਲਾਈ ਮੈਨੂੰ ਬੇहद ਖੁਸ਼ੀ ਹੈ ਕੁਰਸੀ ਤੋਂ ਉਤਰ ਕੇ ਉਹਨੇ ਏਡੀ ਪਿਆਰੀ ਤੇ ਸ਼ਾਂਤ ਮੁਸਕਾਨ ਨਾਲ ਮੇਰੀ ਅੱਖਾਂ ਕੰਟਰੀ ਵਿਖਿਆ ਕਿ ਮੇਰਾ ਦਿਲ ਤੱਕ ਤੱਕ ਕਰਨ ਲੱਗ ਪਿਆ ਜਾਪਿਆ ਤੁਸੀਂ ਖੁਸ਼ ਹੋ ਨੇ ਮੈਨੂੰ ਪੁੱਛਿਆ ਮੈਂ ਮੈਂ ਸਿਰਫ ਇੰਨਾ ਹੀ ਬੁੜਬੜਾਇਆ ਆਪਣੀ ਟਿਕਟ ਮੇਰੇ ਕੋਲ ਵੇਚ ਦਿਓ ਬੈਲੋ ਵਜ਼ੋਰੋਵ ਨੇ ਮੇਰੇ ਕੰਨ ਦੇ ਨੇੜੇ ਹੋ ਕੇ ਆਖਿਆ ਕਿ ਮੈਂ ਤੁਹਾਨੂੰ 100 ਰੁਪਲ ਦੇ ਦਿਆਂਗਾ ਮੈਂ ਹੁਸਾਰ ਨੂੰ ਐਸੀ ਸੁਣ ਕਰ ਦੇਣ ਵਾਲੀ ਨਜ਼ਰ ਨਾਲ ਵੇਖਿਆ ਕਿ ਜ਼ਿਨਾਈਦੀ ਨੇ ਤਾੜੀ ਵਜਾਈ ਤੇ ਲੂਸ਼ਨ ਬੋਲ ਉੱਠਿਆ ਬੱਲੇ ਪਰ ਲੂਸ਼ਨ ਕਹਿੰਦਾ ਗਿਆ ਅਜਤਾ ਪ੍ਰਬੰਧਕ ਹੋਣ ਕਾਰਨ ਮੈਂ ਇਸ ਗੱਲ ਤੇ ਜ਼ੋਰ ਦੇਵਾਂਗਾ ਕਿ ਖੇਡ ਦੇ ਨਿਯਮਾਂ ਦਾ ਸਖਤੀ ਨਾਲ ਪਾਲਣ ਕੀਤਾ ਜਾਵੇ। ਵਸੀਏ ਉਲ ਦੇ ਮਾਰ ਇੱਕ ਗੋਡੇ ਦੇ ਭਾਰ ਹੋ ਜਾਓ ਇਹ ਸਾਡੀ ਰੀਤ ਹੈ। ਜ਼ੈਨਾਇਦਾ ਮੇਰੇ ਸਾਹਮਣੇ ਖੜੀ ਸੀ ਉਹਦਾ ਸਿਰ ਮਾਮੂਲੀ ਜੈ ਇੱਕ ਪਾਸੇ ਉਲਰਿਆ ਹੋਇਆ ਸੀ ਜਿਵੇਂ ਮੈਨੂੰ ਚੰਗੇਰੀ ਤਰ੍ਹਾਂ ਵੇਖਣਾ ਚਾਹੁੰਦੀ ਹੋਵੇ ਤੇ ਅੰਤਾਂ ਦੀ ਗੰਭੀਰਤਾ ਨਾਲ ਆਪਣਾ ਹੱਥ ਮੇਰੇ ਵੱਲ ਵਧਾਇਆ ਹੋਇਆ ਸੀ। ਮੇਰੀ ਨਜ਼ਰ ਧੁੰਦਲੀ ਪੈ ਗਈ ਸੀ ਮੈਂ ਇੱਕ ਗੋਡੇ ਤੇ ਭਾਰ ਨੀਵਾ ਹੋਣਾ ਸੀ। ਪਰ ਦੋਵਾਂ ਦੇ ਪਹਾ ਡਿੱਗ ਪਿਆ ਤੇ ਏਡੇ ਅਟਪਟੇ ਢੰਗ ਨਾਲ ਜ਼ੈਨਾਈਦੀ ਦੀਆਂ ਉਂਗਲਾਂ ਨੂੰ ਆਪਣੇ ਬੁੱਲਾਂ ਨਾਲ ਛੁਆਇਆ ਕਿ ਉਹਦੇ ਨੌ ਨਾਲ ਮੇਰੇ ਨੱਕ ਦੀ ਘੋੜੀ ਤੇ ਛਰੀਟ ਪੈ ਗਈ। ਬਸ ਲੁਸ਼ਨ ਨੇ ਆਖਿਆ ਤੇ ਖੜੇ ਹੋਣ ਚ ਮੇਰੀ ਮਦਦ ਕੀਤੀ। ਫਾਂਤੀ ਦੀ ਖੇਡ ਚੱਲਦੀ ਰਹੀ ਜ਼ੈਨਾਈਦਾ ਨੇ ਮੈਨੂੰ ਆਪਣੇ ਕੋਲ ਬਿਠਾ ਲਿਆ ਕੈਸੀਆਂ ਕੈਸੀਆਂ ਸਜਾਵਾਂ ਦੀ ਓਕਾੜ ਘੜਦੀ ਸੀ। ਉਹਨਾਂ ਚ ਇੱਕ ਸਜਾਵ ਨੇ ਆਪਣੇ ਹਿੱਸੇ ਉਹਦੇ ਆਪਣੇ ਹਿੱਸੇ ਆ ਗਏ। ਉਨੇ ਇੱਕ ਮੂਰਤੀ ਵੇਸ਼ ਕਰਨੀ ਸੀ ਮੂਰਤੀ ਦੀ ਕੁਰਸੀ ਵਾਸਤੇ ਬੇਡੌਲ ਜੇ ਨਿਰਮਾਤ ਤਸਕੀਨ ਨੂੰ ਚੁਣ ਕੇ ਉਹਨੇ ਉਹਨੂੰ ਮੂੰਹ ਪਰਨੇ ਲਟਾ ਲਿਆ ਤੇ ਆਖਿਆ ਕਿ ਉਹ ਆਪਣਾ ਸਿਰ ਮੋਢਿਆਂ 'ਚ ਦੇ ਲਵੇ ਹਾਸੇ ਦੇ ਠਾਕੇ ਇੱਕ ਪਲ ਵੀ ਬੰਦ ਨਹੀਂ ਸੀ ਹੋਏ ਮੇਰਾ ਕਿਉਂਕਿ ਇੱਕ ਆਦਰਯੋਗ ਉਤਲੇ ਤਬਕੇ ਦੇ ਘਰ ਦੀ ਗੰਭੀਰੀ ਕਾਂਤ ਵਿੱਚ ਪਲਣ-ਪੋਸ਼ਣ ਹੋਇਆ ਸੀ ਇਸ ਲਈ ਇਹਦੇ 'ਚ ਕੀ ਹੈਰਾਨੀ ਦੀ ਗੱਲ ਸੀ ਕਿ ਸਾਰਾ ਸ਼ੋਰ ਸ਼ਰਾਬਾ ਹੱਲਾ ਗੁਲਾ ਬੇ ਲਗਾਮ ਤੇ ਲਗਭਗ ਖੁਰੂਦੀ ਹਸਾ ਖੇਡਾ ਉਹ ਪ੍ਰਿਆ ਨਾਲ ਵਿਸ਼ਵਾਸੋਂ 12 ਨੇੜ ਮੇਰੇ ਸਿਰ ਨੂੰ ਚੜ ਗਿਆ ਸੀ ਮੈਨੂੰ ਇਹੋ ਨਸ਼ਾ ਚੜਿਆ ਆਇਆ ਸੀ ਜਿਵੇਂ ਸ਼ਰਾਬ ਪੀਤੀ ਹੋਵੇ ਤੇ ਮੈਂ ਕਮਰੇ 'ਚ ਬਾਕੀ ਸਾਰਿਆਂ ਨਾਲੋਂ ਬਹੁਤ ਉੱਚਾ ਹੱਸ ਰਿਹਾ ਸੀ ਬਹੁਤ ਉੱਚਾ ਬੋਲ ਰਿਹਾ ਸੀ ਇਸ ਕਰਕੇ ਬੁੱਢੀ ਪ੍ਰਿੰਸੈਸ ਵੀ ਜਿਹੜੀ ਸਲਾਹ مشورے ਲਈ ਵੀਰ ਦਰਵਾਜ਼ੇ ਤੋਂ ਬੁਲਾਈ ਗਈ ਕਿਸੇ ਅਧਿਕਾਰੀ ਨਾਲ ਪਾਸੇ ਵਾਲੇ ਕਮਰੇ 'ਚ ਬੈਠੀ ਹੋਈ ਸੀ ਇਹ ਵੇਖਣ ਵਾਸਤੇ ਆ ਗਈ ਕਿ ਮਾਮਲਾ ਕੀ ਹੈ ਪਰ ਮੈਂ ਐਡਾ ਖੁਸ਼ ਸਾਂ ਕਿ ਜਿਵੇਂ ਕਹਿੰਦੇ ਐ ਮੈਂ ਮਾਥੇ ਵੱਟ ਨਹੀਂ ਸੀ ਪਾਇਆ ਤੇ ਨਾ ਹੀ ਕਿਸੇ ਨੂੰ ਖਿਲੀ ਉਡਾਉਣ ਦਾ ਕੈਰੀ ਅੱਖ ਨਾਲ ਵੇਖਣ ਦਾ ਮੌਕਾ ਦਿੱਤਾ। ਜ਼ੈਨਾਈ ਦਾ ਮੈਨੂੰ ਦੂਜਿਆਂ ਨਾਲ ਉਹ ਨਖੇੜਦੀ ਰਹੀ ਤੇ ਆਪਣੇ ਕੋਲੋਂ ਉੱਠ ਕੇ ਜਾਣ ਨਹੀਂ ਸੀ ਦਿੰਦੀ। ਇੱਕ ਸਜ਼ਾ ਮੈਨੂੰ ਇਹ ਮਿਲੀ ਕਿ ਮੈਂ ਉਹਦੇ ਨਾਲ ਟੁੱਕ ਕੇ ਬੈਠਾ ਤੇ ਸਾਡੇ ਸਿਰਾਂ ਉੱਤੇ ਇੱਕੋ ਸਿਲਕੀ ਰੁਮਾਲ ਸੀ ਤੇ ਮੈਂ ਉਹਦਾ ਆਪਣਾ ਰਾਜ਼ ਦੱਸਦਾ ਸੀ। ਮੈਨੂੰ ਆਪਣੇ ਰੋਮ-ਰੋਮ 'ਚ ਛਿੜੀਆਂ ਉੱਚਰਣਾਟਾਂ ਜਿਹੀ ਯਾਦ ਹੈ। ਜਦੋਂ ਸਾਡੇ ਦੋਵਾਂ ਦੇ ਸਿਰ ਇੱਕ ਮੈਕਾਂ ਛੜਦੀ ਸਾਹ ਘੁੱਟਵੇਂ ਪਾਰਦਰਸ਼ੀ ਧੁੰਦ ਵਿੱਚ ਗਲੇਫੇ ਗਏ ਜਦੋਂ ਉਹਦੀਆਂ ਅੱਖਾਂ ਦੀ ਇਹ ਧੁੰਦ ਬੜੀ ਕੋਮਲ ਤੇ ਬਹੁਤ ਨੇੜੇ ਚਮਕੀ ਸੀ ਤੇ ਉਹਦਾ ਸਾਹ ਬੜਾ ਨਿੱਗਾ ਲੱਗਾ ਸੀ ਤੇ ਉਹਦੇ ਦੰਦ ਲਿਸ਼ਕੇ ਸੰ ਤੇ ਉਹਦੇ ਵਾਲਾਂ ਦੇ ਸਿਰੇ ਮੈਨੂੰ ਚੁੱਭਦੇ ਤੇ ਡੰਗਦੇ ਸਨ ਮੈਂ ਖਾਮੋਸ਼ ਸਾਂ ਉਹ ਭੇਤ ਭਰੇ ਢੰਗ ਤੇ ਖੱਜਰਪੁਣੇ ਨਾਲ ਮੁਸਕਰਾਈ ਸੀ ਤੇ ਅਖੀਰ ਹੌਲੀ ਜੀ ਬੋਲੀ ਸੀ ਕਿਉਂ ਕੀ ਗੱਲ ਤੇ ਮੈਂ ਸਿਰਫ ਸ਼ਰਮ ਆ ਗਿਆ ਸਾਂ ਤੇ ਹੱਸ ਪਿਆ ਸਾਂ ਤੇ ਆਪਣਾ ਸਿਰ ਪਰੇ ਕਰ ਲਿਆ ਸੀ ਤੇ ਮੇਰਾ ਸਾਹ ਤਕਰੀਬਨ ਰੁਕਿਆ ਹੋਇਆ ਸੀ ਫਾਂਤੀ ਦੇ ਖੇਤ ਤੋਂ ਅਸੀਂ ਛੇਤੀ ਅੱਕ ਤੱਕ ਗਏ ਤੇ ਰੱਸੀ ਦੀ ਖੇਡ ਖੇਡਣ ਲੱਗ ਪਏ ਓਏ ਮੇਰੇ ਰੱਬਾ ਮੈਂ ਕਿੱਡਾ ਖੁਸ਼ ਹੋਇਆ ਸੀ ਜਦੋਂ ਮਾੜੀ ਜੀ ਬੇਧਿਆਨੀ ਹੋ ਜਾਣ ਵੇਲੇ ਉਹਨੇ ਖਾੜ ਕਰਕੇ ਮੇਰੇ ਗਿੱਟਿਆਂ ਤੇ ਟਕਾਈ ਸੀ ਕਿਵੇਂ ਮੈਂ ਇੱਕ ਵਾਰੀ ਫਿਰ ਬੇਧਿਆਨਾ ਹੋਣ ਦਾ ਢੋਂਗ ਰਚਿਆ ਕਿਵੇਂ ਉਹ ਜਾਣ ਬੁੱਝ ਕੇ ਸਿਰ ਮੈਨੂੰ ਚੜਾਨ ਖਾਤਰ ਮੇਰੇ ਹੱਥਾਂ ਨੂੰ ਛੂਣ ਤੋਂ ਕਤਰਾਂ ਦੀ ਰਹੀ ਸੀ ਅਸੀਂ ਸ਼ਾਮ ਉਹ ਖਰਮਸਤੀਆਂ ਸ਼ਰਾਰਤਾਂ ਕਰਦੇ ਰਹੇ ਪਿਆਨੋ ਵਜਾਇਆ ਗਾਣੇ ਗਾਏ ਨਾਚ ਕੀਤਾ ਸੀ ਡੇਰਾ ਲਾ ਕੇ ਬੈਠੇ ਜਿਪਸੀਆਂ ਦੀਆਂ ਨਕਲਾਂ ਲਾਈਆਂ ਨਿਰਮਤ ਨਿਰਮਤ ਤਸਕੀਨ ਰਿਚ ਬਣਾ ਲਿਆ ਉਹਨੂੰ ਲੋਣ ਵਾਲਾ ਪਾਣੀ ਪਿਆ ਐ ਕਾਊਂਟ ਮਲੇ ਵਸਕੀ ਨੇ ਸਾਨੂੰ ਤਾਸ਼ ਦੇ ਪੱਤਿਆਂ ਨਾਲ ਕੋਈ ਕਰਤੱਬ ਕਰਕੇ ਵਿਖਾਏ ਅਖੀਰ ਚ ਉਹਨੇ ਤਾਸ਼ ਦੇ ਪੱਤੇ ਫੈਂਟੇ ਉਹਨਾਂ ਨੂੰ ਇਸ ਤਰੀਕੇ ਨਾਲ ਵੰਡੇਆ ਕਿ ਸਾਰੇ ਯੱਕੇ ਆਪ ਲੈ ਗਿਆ ਇਸ ਲਈ ਲੂਸ਼ਨ ਨੇ ਉਹਨੂੰ ਹਾਰਦਿਕ ਵਧਾਈ ਦਿੱਤੀ ਮੈਦਨੋਵ ਨੇ ਆਪਣੀ ਕਵਿਤਾ ਹਤਿਆਰਾ ਉਹਨਾਂ ਦੇ ਨਾਂ 'ਚ ਰੋਮਾਂਟਿਕ ਲਹਿਰ ਆਪਣੇ ਸਿਖਰ ਉੱਤੇ ਸੀ ਵਿੱਚੋਂ ਕੁਝ ਅੰਸ਼ ਪੜ੍ਹ ਕੇ ਸੁਣਾਏ ਇਸ ਕਵਿਤਾ ਨੂੰ ਉਹ ਕਾਲੀ ਜਿਲਦ ਵਿੱਚ ਪ੍ਰਕਾਸ਼ਿਤ ਕਰਨਾ ਚਾਹੁੰਦਾ ਸੀ ਜਿਸ ਉਤੇ ਲਾਲ ਸੁਰਖ ਮੋٹے ਅੱਖਰਾਂ 'ਚ ਨਾਮ ਛਪਿਆ ਹੋਵੇ ਕਿ ਅਸੀਂ ਇਹ ਵੀਰ ਦਰਵਾਜ਼ੇ ਤੋਂ ਆਏ ਅਫਸਰ ਦੇ ਗੋਡਿਆਂ ਤੋਂ ਟੋਪੀ ਖਿਸਕਾ ਲਈ ਤੇ ਉਹਨੂੰ ਵਾਪਸ ਕਰਨ ਤੋਂ ਪਹਿਲਾਂ ਉਹਦੇ ਕੋਲੋਂ ਕਾਜ਼ਾ ਚੌਕ ਨਾਚ ਕਰਵਾਇਆ ਤੇ ਬੁੱਢੇ ਵੋਨੀ ਫਾਤੀ ਦੇ ਸਿਰ ਉਤੇ ਔਰਤਾਂ ਵਾਲੀ ਟੋਪੀ ਰੱਖ ਦਿੱਤੀ ਤੇ ਜ਼ੀਨਾਇਦਾ ਨੇ ਮਰਦਾਂ ਵਾਲੀ ਟੋਪੀ ਪਾ ਲਈ ਉਸ ਸ਼ਾਮ ਜੋ ਕੁਝ ਅਸੀਂ ਕੀਤਾ ਉਹਦਾ ਪੂਰਾ ਬਿਆਨ ਅਸੰਭਵ ਹੈ ਸਿਰਫ ਬੇਲੋ ਵਜ਼ੋਰੋਵ ਹੀ ਨਕਮੂ ਵੱਟੀ ਤੇ ਨਿਮੋ ਝੁੰਜਿਆ ਬਹੁਤ ਛਿਰ ਇਕੱਲਾ ਇੱਕ ਨੁੱਕਰ 'ਚ ਬੈਠਾ ਰਿਹਾ ਸੀ ਕਿਸੇ ਕਿਸੇ ਵੇਲੇ ਉਹਦੀਆਂ ਅੱਖਾਂ 'ਚ ਲਾਲੀ ਉਤਰ ਆਉਂਦੀ ਨਕਸ਼ਾ ਉੱਤੇ ਰੋਹ ਦੀ ਲਾਲੀ ਫਿਰ ਜਾਂਦੀ ਤੇ ਉਹਨਾਂ ਲੱਗਦਾ ਜਿਵੇਂ ਹੁਣੇ ਸਾਡੇ ਤੇ ਟੁੱਟ ਪੈਗਾ ਤੇ ਸਾਡੇ ਪੜਛੇ ਲਾ ਸਟੇਗਾ ਪਰ ਛੋਟੀ ਪ੍ਰਿੰਸੈਸ ਉਹਦੇ ਵੱਲ ਵੇਖਦੀ ਉਹਨਾਂ ਹਲਾ ਕੇ ਉਂਗਲੀ ਹਲਾ ਕੇ ਤਾੜਾਂ ਕਰਦੀ ਤੇ ਫਿਰ ਨੁਕਰ ਚ ਆਪਣੀ ਥਾਂ ਤੇ ਬਹਿ ਜਾਂਦਾ ਅਖੀਰ ਸਾਡੀ ਬਸ ਹੋ ਗਈ ਭਾਵੇਂ ਬੁੱਢੀ ਪ੍ਰਿੰਸੈਸ ਹਾਲੇ ਪੂਰੇ ਰੌਂਚ ਸੀ ਜਿਵੇਂ ਉਸ ਆਪ ਆਖਿਆ ਸੀ ਉਹਨੂੰ ਸ਼ੋਰ ਸ਼ਰਾਬਾ ਬੁਰਾ ਨਹੀਂ ਸੀ ਲੱਗ ਰਿਹਾ ਤਾਂ ਵੀ ਉਹ ਥੱਕੀ ਮਹਿਸੂਸ ਕਰਦੀ ਸੀ ਤੇ ਆਰਾਮ ਕਰਨਾ ਚਾਹੁੰਦੀ ਸੀ 11 ਵਜੇ ਤੋਂ ਛੱਟ ਮਗਰੋਂ ਰਾਤ ਦਾ ਖਾਣਾ ਦਿੱਤਾ ਗਿਆ ਜਿਸਟ ਪੁਰਾਣੇ ਸੁੱਕੇ ਪਨੀਰ ਦਾ ਟੁਕੜਾ ਹੈਮ ਵਾਲੇ ਠੰਡੇ ਸਮੋਸੇ ਸਨ ਜਿਹੜੇ ਮੈਨੂੰ ਗੋਸਤ ਦੇ ਹਰ ਕਿਸਮ ਦੇ ਪੇਸਟ ਨਾਲ ਬਹੁਤ ਸਵਾਦ ਲੱਗੇ वाइन दी सिर्फ एकी एक बोतल सी ਤੇ ਉਹ ਵੀ ਬੜੀ ਅਜੀਬ ਜਈ ਕਾਲੀ ਉੱਬਰਵੇਂ ਗਰਦਨ ਵਾਲੀ ਬੋਤਲ ਤੇ ਗੁਲਾਬੀ ਰੰਗ ਦੀ ਬੇਸਵਾਦ ਵਾਈਨ ਪਰ ਇਹ ਵਾਈਨ ਕਿਸੇ ਨੇ ਨਹੀਂ ਸੀ ਪੀਤੀ ਖੁਸ਼ੀ ਨਾਲ ਥੱਕਿਆ ਟੁੱਟਿਆ ਨਿਹਾਲ ਮੈਂ ਨੈਕਸੀਟ ਚ ਨਿਕਲਿਆ ਮੈਨੂੰ ਅਲਵਿਦਾ ਕਹਿੰਦੇ ਆ ਜਿਨਾਈਦਾ ਨੇ ਇੱਕ ਵਾਰੀ ਫੇਰ ਆਪਣੀ ਪੇਤ ਭਰੀ ਮੁਸਕਰਾਟ ਖਿਲਾਰਦੇ ਆ ਘੁੱਟ ਕੇ ਮੇਰੇ ਨਾਲ ਹੱਥ ਮਿਲਾਇਆ ਮੈਨੂੰ ਆਪਣੇ ਭਖੇ ਹੋਏ ਚਿਹਰੇ ਉੱਤੇ ਰਾਤ ਦੀ ਬੋਝਲ ਤੇ ਨਮੀ ਭਰੀ ਹਵਾੜ ਮਹਿਸੂਸ ਹੋਈ ਵਾਤਾਵਰਨ ਵਿੱਚ ਗੂੰਜਾਂ ਉੱਠ ਰਹੀਆਂ ਸਨ ਅਸਮਾਨ ਉੱਤੇ ਫਸਰਦੇ ਜਾਂਦੇ ਕਾਲੇ ਕਾਲੇ ਬੱਦਲਾਂ ਦਾ ਆਕਾਰ ਹੌਲੀ ਹੌਲੀ ਵੱਡਾ ਹੋ ਗਿਆ ਸੀ ਉਹਨਾਂ ਦੀਆਂ ਧੁੰਦਲੀਆਂ ਰੂਪਰੇਖਾਵਾਂ ਲਗਾਤਾਰ ਬਦਲ ਰਹੀਆਂ ਸਨ ਰੁੱਖਾਂ ਦੀਆਂ ਧੁੰਦਲੀਆਂ ਟੀਸੀਆਂ 'ਚ ਠੰਡੀ ਠੰਡੀ ਹਵਾ ਠਿਰਕ ਰਹੀ ਸੀ ਤੇ ਅਸਮਾਨ ਦੇ ਦੂਜੇ ਪਾਸੇ ਕਿਤੇ ਦੂਰ ਆਪਣੇ ਅੰਦਰ ਗੜਕਦੇ ਗਰਜਦੇ ਬੱਦਲ ਦੀਆਂ ਰੋਹ ਭਰੀਆਂ ਕੁੱਟੀਆਂ ਨੱਪੀਆਂ ਆਵਾਜ਼ਾਂ ਸੁਣਦੀਆਂ ਜਾਪਦੀਆਂ ਸਨ ਮੈਂ ਪਿਛਲੇ ਦਰਵਾਜ਼ੇ ਆਪਣੇ ਕਮਰੇ ਚੋਂ ਚਲਾ ਗਿਆ ਮੇਰਾ ਨੌਕਰ ਫਰਸ਼ ਤੇ ਸੁੱਤਾ ਪਿਆ ਸੀ ਮੈਨੂੰ ਉਹਦੇ ਉੱਪਰੋਂ ਲੰਘਣਾ ਪਿਆ ਸੀ ਤੇ ਉਹ ਜਾਗ ਪਿਆ ਉਹਨੇ ਮੈਨੂੰ ਵੇਖਿਆ ਤੇ ਦੱਸਿਆ ਕਿ ਮੇਰੀ ਮਾਂ ਫੇਰ ਮੈਨੂੰ ਗੁੱਸੇ ਹੋ ਰਹੀ ਸੀ ਤੇ ਮੈਨੂੰ ਭੇਜਣਾ ਚਾਹੁੰਦੀ ਸੀ ਪਰ ਮੇਰੇ ਪਿਓ ਨੇ ਇਸ ਤਰ੍ਹਾਂ ਨਹੀਂ ਸੀ ਕਰਨ ਦਿੱਤਾ ਇਸ ਤੋਂ ਪਹਿਲਾਂ ਮੈਂ ਕਦੇ ਵੀ ਆਪਣੀ ਮਾਂ ਨੂੰ ਸ਼ੁਭ ਰਾਤ ਆਖੇ ਤੇ ਉਹਦੀ ਅਸੀਸ ਲੈ ਬਗੈਰ ਬਿਸਤਰੇ ਤੇ ਨਹੀਂ ਪਿਆ ਸੀ ਪਰ ਕੁਝ ਨਹੀਂ ਸੀ ਹੋ ਸਕਦਾ ਨੌਕਰ ਨੂੰ ਕਿਹਾ ਕਿ ਮੈਂ ਆਪ ਹੀ ਕੱਪੜੇ ਬਦਲ ਲਵਾਂਗਾ ਸੌ ਜਾਵਾਂਗਾ ਮੈਂ ਫੂਕ ਮਾਰ ਕੇ ਮੋਮਬਤੀ ਬੁਝਾ ਦਿੱਤੀ ਪਰ ਨਾ ਮੈਂ ਕਪੜੇ ਬਦਲੇ ਨਾ ਹੀ ਲੰਮਾ ਪਿਆ ਮੈਂ ਇਸ ਕੁਰਸੀ ਉੱਤੇ ਬਹਿ ਗਿਆ ਤੇ ਬੜੀ ਦੇਰ ਤੱਕ ਬੈਠਾ ਰਿਹਾ ਜਿਵੇਂ ਕਿਸੇ ਨੇ ਕੀਲ ਕੇ ਬੰਨ ਦਿੱਤਾ ਹੋਵੇ ਮੈਂ ਜੋ ਕੁਝ ਮਹਿਸੂਸ ਕੀਤਾ ਸੀ ਉਹ ਇੰਨਾ ਨਵਾਂ ਤੇ ਇੰਨਾ ਮਿੱਠਾ ਸੀ ਮੈਂ ਅਹਲ ਬੈਠਾ ਸਾਂ ਚਾਰchu ਫੇਰੇ ਦੇਖ ਰਿਹਾ ਸਾਂ ਡੂੰਗੇ ਸਾ ਲੈ ਰਿਹਾ ਸਾਂ ਕਦੇ-ਕਦੇ ਕੋਈ ਗੱਲ ਯਾਦ ਕਰਕੇ ਖਾਮੋਸ਼ ਹਾਸਾ ਹੱਸਦਾ ਸਾਂ ਜਾਂਦਰੋਂ ਸੁਣ ਹੋ ਜਾਂਦਾ ਸਾਂ ਤੇ ਜਦੋਂ ਸੋਇਦਾ ਸਾਹਮਣੇ ਪਿਆਰ ਹੋ ਗਿਆ ਇਹ ਤਾਂ ਪਿਆਰ ਹੈ ਹਨੇਰੇ ਚ ਜ਼ੈਨਾਇਦਾ ਦਾ ਚਿਹਰਾ ਮਲਕੜੇ ਮਲਕੜੇ ਅੱਖਾਂ ਦੇ ਸਾਹਮਣੇ ਤਰ ਰਿਹਾ ਸੀ ਉਹ ਇੱਕ ਪਲ ਲਈ ਵੀ ਨਜ਼ਰਾਂ ਤੋਂ ਲੇ ਨਹੀਂ ਸੀ ਹੋਇਆ ਉਹਦੇ ਬੁੱਲਾਂ ਉੱਤੇ ਭੇਦ ਭਰੀ ਮੁਸਕਾਨ ਸੀ ਉਹ ਆਪਣੀਆਂ ਵੱਲ ਵੇਖ ਰਹੀ ਸੀ ਜਿਵੇਂ ਨੇ ਅਲਵਿਦਾ ਕਹਿਣ ਵੇਲੇ ਵੇਖਿਆ ਸੀ ਅਖੀਰ ਮੈਂ ਉੱਠਿਆ ਪੱਬਾਂ ਪਾਰ ਆਪਣੇ ਮੰਜੇ ਵੱਲ ਗਿਆ ਬੜੀ ਸਾਵਧਾਨੀ ਨਾਲ ਕੱਪੜੇ ਬਦਲੇ ਬਗੈਰੀ ਸਿਰਾਂ ਨੇ ਉੱਤੇ ਆਪਣਾ ਸਿਰ ਟਿਕਾ ਦਿੱਤਾ ਜਿਵੇਂ ਮੈਨੂੰ ਇਸ ਗੱਲ ਦਾ ਡਰ ਹੋਵੇ ਕਿ ਕੋਈ ਵੀ ਛਾਂ ਚੱਕ ਹਰਕਤ ਉਸ ਸਵਾਦ ਚ ਵਿਗਨ ਪਾ ਦੇਗੀ ਜਿਸ ਨਾਲ ਮੈਂ ਲਬਰੀਜ਼ ਹੋਇਆ ਪਿਆ ਸਾਂ ਮੈਂ ਲੰਮਾ ਤਾਂ ਬਹਿ ਗਿਆ ਸਾਂ ਪਰ ਮੈਂ ਆਪਣੀਆਂ ਅੱਖਾਂ ਵੀ ਬੰਦ ਨਹੀਂ ਸੀ ਕੀਤੀਆਂ ਛੇਤੀ ਮੈਂ ਵੇਖਿਆ ਕਿ ਧੁੰਦਲੀਆਂ ਧੁੰਦਲੀਆਂ ਪਰਛਾਈਆਂ ਲਗਾਤਾਰ ਮੇਰੇ ਕਮਰੇ ਅੰਦਰ ਧਸਦੀਆਂ ਆ ਰਹੀਆਂ ਸਨ ਮੈਂ ਉੱਠ ਕੇ ਬਹਿ ਗਿਆ ਤੇ ਖਿੜਕੀ ਵੱਲ ਵੇਖਿਆ ਇਹਦੇ ਸ਼ੀਸ਼ੀਆਂ ਦੀ ਭੇਤ ਭਰੀ ਸਫੈਦੀ ਦੇ ਪਿਛੋਕਰ ਚ ਇਸ ਤਰ੍ਹਾਂ ਦੀ ਚੁਗਾਠ ਭੜੀ ਗੁੜਵੀ ਨਜ਼ਰ ਆ ਰਹੀ ਸੀ ਚੱਖੜ ਮੈਂ ਸੋਚਿਆ ਤੇ ਸੱਚਮੁੱਚ ਇਹ ਤਾਂ ਚੱਖੜ ਸੀ ਪਰ ਇਹ ਕਿਧਰੇ ਦੂਰ ਸੀ ਇੰਨਾ ਦੂਰ ਕਿ ਗਰਜ ਦੀ ਆਵਾਜ਼ ਮੇਰੇ ਕੰਨਾਂ ਤੱਕ ਨਹੀਂ ਸੀ ਪਹੁੰਚਦੀ ਸਿਰਫ ਅਸਮਾਨ ਵਿੱਚ ਦੀਆਂ ਫਿੱਕੀਆਂ-ਫਿੱਕੀਆਂ ਤੇ ਲੰਮੀਆਂ-ਲੰਮੀਆਂ ਤੰਗਲੀਆਂ ਦੀ ਤੰਗਲੀਆਂ ਲਗਾਤਾਰ ਲਿਸ਼ਕਾ ਮਾਰ ਰਹੀਆਂ ਸਨ ਜੱਸ ਗੋ ਇੰਨਾ ਲਿਸ਼ਕਦੀਆਂ ਨਹੀਂ ਜਿਨ੍ਹਾਂ ਕੰਬਦੀਆਂ ਤੇ ਮਰੋੜੇ ਖਾਂਦੀਆਂ ਜਿਵੇਂ ਮਰ ਰਹੇ ਪੰਛੀ ਦੇ ਖਾਣ ਮੈਂ ਬਿਸਤਰੇ ਚੋਂ ਨਿਕਲਿਆ ਖਿੜਕੀ ਖੋਲ ਆ ਗਿਆ ਲੋ ਲੱਗਣ ਵੇਲੇ ਤੱਕ ਉੱਥੇ ਹੀ ਖੜਾ ਰਿਹਾ। ਬਿਜਲੀ ਲਿਸ਼ਕਣੀ ਇੱਕ ਪਲ ਵਾਸਤੇ ਵੀ ਬੰਦ ਨਹੀਂ ਸੀ ਹੋਈ। ਰੂਸੀ ਲੋਕਾਂ ਦੇ ਕਹਿਣ ਅਨੁਸਾਰ ਇਹ ਚੜੀ ਦੀ ਰਾਤ ਸੀ। ਮੈਂ ਖਾਮੋਸ਼ੀ ਰੇਤ ਲਈ ਮੈਦਾਨ ਉੱਤੇ ਨਜ਼ਰਾਂ ਘੱਟ ਕੇ ਵੇਖਿਆ। ਨਿਸਕੂਚਨੀ ਬਾਗ ਦੇ ਕਾਲੇ ਪਰਛਾਵਿਆਂ ਦੀ ਕਿਚਮਿਚ ਨੂੰ ਘੂਰਿਆ। ਦੁਰੇਟੀਆਂ ਇਮਾਰਤਾਂ ਦੀ ਫਿੱਕੀ ਪੀਲੀ ਨਿਹਾਰ ਨੂੰ ਨਿਹਾਰਿਆ ਜਿਹੜੀ ਹਰ ਵੇਲੇ ਬਿਜਲੀ ਦੀ ਫਿੱਕੀ ਜਿਹੀ ਲਿਸ਼ਕ ਵਿੱਚ ਕੰਬਦੀ ਨਜ਼ਰ ਆਉਂਦੀ ਸੀ ਮੈਂ ਝਾਕਦਾ ਗਿਆ ਝਾਕਦਾ ਗਿਆ ਤੇ ਇੱਕ ਪਲ ਵੀ ਇਸ ਪਾਸੇੋਂ ਨਜ਼ਰ ਨਾ ਹਟਾ ਸਕਿਆ ਇਹ ਬੇਜ਼ੁਬਾਨ ਲਿਸ਼ਕ ਇਹ ਨੱਪੀਕੁੱਟੀ ਚਮਕ ਮੇਰੇ ਅੰਦਰ ਲਿਸ਼ਕਾ ਮਾਰਦੇ ਖਾਮੋਸ਼ ਭੇਤ ਭਰੇ ਵੇਗ ਨੂੰ ਹੰਗਾਰਾ ਭਰਦੀ ਜਾਂਦੀ ਸੀ ਦਿਨ ਦਾ ਚੜ੍ਹਾ ਸੀ ਪਰ ਬਾਦ ਦੀ ਲਾਲੀ ਉਗੜਾਈ ਸੀ ਸੂਰਜ ਦੇ ਵਿਖਾਲੇ ਦੇਣ ਨਾਲ ਬਿਜਲੀ ਦੇ ਲਿਸ਼ਕਾਰੇ ਫਿੱਕੇ ਪੈ ਗਏ ਸਨ ਤੇ ਛੋਟੇ ਹੋ ਗਏ ਸਨ ਹੁਣ ਇਹ ਵਿਦੇ ਰੇ ਲੰਮੇ ਵਕਫਿਆਂ ਮਗਰੋਂ ਥਿਰਕਦੇ ਸਨ ਅਖੀਰੇ ਦਿਨ ਦੇ ਗੰਭੀਰ ਤੇ ਰੁਖੇ ਚਾਨਣ ਵਾਂਗ ਜਾਣਨ ਵਿੱਚ ਲੋਭ ਹੋ ਗਏ ਮੇਰੇ ਅੰਦਰ ਦੀ ਬਿਜਲੀ ਦੀ ਲਿਸ਼ਕ ਵੀ ਗਾਇਬ ਹੋ ਗਈ ਮੈਂ ਬਹੁਤ ਥੱਕਿਆ ਹੋਇਆ ਤੇ ਬੇਜਾਨ ਜਿਹਾ ਮਹਿਸੂਸ ਕਰ ਰਿਹਾ ਸਾਂ ਪਰ ਜ਼ੈਨਾਇਦਾ ਦੀ ਸ਼ਕਲ ਵਿਝਈ ਹੋ ਗਈ ਮੇਰੀ ਆਤਮਾ ਉਤੇ ਮੰਡਲਾ ਰਹੀ ਸੀ ਪਰ ਇਹ ਸੂਰਤ ਹੁਣ ਸ਼ਾਂਤ ਜਾਪਦੀ ਸੀ ਸਰਕੜੇ ਚੋਂ ਨਿਕਲ ਰਹੇ ਹਾਂਸ ਵਾਂਗ ਉਹਨੇ ਆਪਣੇ ਆਪ ਨੂੰ ਆਪਣੇ ਨਾਸ਼ ਖੁਸ਼ਗਵਾਰ ਬਿੰਬਾ ਵਾਲਿਆਲੇ ਦਵਲੇ ਨਾਲੋਂ ਤੋੜ ਲਿਆ ਸੀ ਤੇ ਜਦੋਂ ਮੈਂ ਸੌਂ ਗਿਆ ਤਾਂ ਮੈਂ ਇੱਕ ਵਾਰੀ ਫੇਰ ਆਪਣੇ ਆਪ ਨੂੰ ਵਿਸ਼ਵਾਸੀ ਉਪਾਸ਼ਕ ਵਜੋਂ ਇਹਦੇ ਸਾਹਮਣੇ ਸਜਦੇ ਚ ਲਮਾ ਪਾ ਦਿੱਤਾ ਉਫ ਨਿਰਮਨ ਜਜ਼ਬੀਓ ਮੱਦਾ ਮਾਵਾਜ਼ ਧੁਰ ਅੰਦਰ ਤੱਕ ਟੁੰਬੀ ਗਈ ਆਤਮਾ ਦੀ ਕੋਮਲਤਾ ਤੇ ਨਿਰਮਲਤਾ ਪਹਿਲੇ ਪਿਆਰ ਦੀ ਪਿਗਲਦੀ ਖੁਸ਼ੀ ਕਿੱਥੋਂ ਤੁਸੀਂ ਕਿੱਥੇ ਹਾਂ ਤੁਸੀਂ